ਦੇਸ਼ ਦੇ ਸਭ ਤੋਂ ਪੁਰਾਣੇ ਮਾਮਲਿਆਂ ਵਿੱਚੋਂ ਇੱਕ ਅਯੁੱਧਿਆ ਵਿਵਾਦ 'ਤੇ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਹੈ। ਚੀਫ ਜਸਟਿਸ ਰੰਜਨ ਗੋਗੋਈ ਦੀ ਅਗਵਾਈ ਵਿੱਚ ਸੰਵਿਧਾਨਿਕ ਪੀਠ ਨੇ ਫੈਸਲਾ ਸੁਣਾਉਂਦੇ ਹੋਏ ਨਿਰਮੋਹੀ ਅਖਾੜਾ ਅਤੇ ਸ਼ੀਆ ਵਕਫ ਬੋਰਡ ਦਾ ਦਾਅਵਾ ਖਾਰਿਜ ਕਰ ਦਿੱਤਾ ਹੈ। ਰਾਮਲੀਲਾ ਦਾ ਹੱਕ ਮੰਨਿਆ ਗਿਆ ਹੈ ਅਤੇ ਨਾਲ ਹੀ ਮੁਸਲਿਮ ਪੱਖ ਨੂੰ ਅਲੱਗ ਜਗ੍ਹਾ ਦੇਣ ਦਾ ਹੁਕਮ ਦਿੱਤਾ ਗਿਆ ਹੈ। ਸੁਪਰੀਮ ਕੋਰਟ ਨੇ ਮੰਦਿਰ ਬਣਾਉਣ ਲਈ ਸਰਕਾਰ ਨੂੰ ਟਰੱਸਟ ਬਣਾਉਣ ਦੇ ਹੁਕਮ ਦਿੱਤੇ ਹਨ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਕੇਂਦਰੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਸਾਰੇ ਲੋਕਤੰਤਰ ਮੈਂ ਹਮਾਰੇ ਨਿਆਂ ਵਿਵਸਥਾ ਪਰ ਹਮ ਸਬਕਾ ਵਿਸ਼ਵਾਸ ਹੈ। ਜੋ ਨਿਆਯੋਚਿਤ ਨਿਰਣੈ ਹੈ ਉਹ ਨਿਆਇਲੇ ਕੀ ਵਿਵਸਥਾ ਕਰੇਗੀ। ਪਰ ਮੈਂ ਸਭੀ ਲੋਕੋ ਸੇ ਪ੍ਰਾਰਥਨਾ ਕਰਤਾ ਹੂੰ ਸ਼ਾਂਤੀ ਔਰ ਸਦਭਾਵ ਕੋ ਕਾਇਮ ਰੱਖੇ, ਭਾਈਚਾਰਾ ਕੋ ਕਾਇਮ ਰੱਖੇ ਔਰ ਨਿਆਇਲੇ ਕਾ ਜੋ ਵੀ ਨਿਰਣੈ ਹੈ ਉਸਕੋ ਖੁੱਲ੍ਹੇ ਦਿਲ ਸੇ ਸਵੀਕਾਰ ਕਰਕੇ ਹਮ ਸਭ ਲੋਕ ਸ਼ਾਂਤੀ ਪ੍ਰਸਥਾਪਿਤ ਕਰੇਂਗੇ। ਯਹੀ ਸਭ ਲੋਕੋ ਨੇ ਬਹੁਤ ਹੀ ਜ਼ਿੰਮੇਦਾਰੀ ਸੇ ਆਪਣੇ ਕਰਤਵਯ ਕੋ ਨਿਭਾਉਣਾ ਚਾਹੀਏ। ਅਯੁੱਧਿਆ ਮਾਮਲੇ ਤੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦਿੱਲੀ ਵਿਖੇ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਬਾਹਰ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਦਿੱਲੀ ਦੇ ਸੰਯੁਕਤ ਪੁਲਿਸ ਕਮਿਸ਼ਨਰ ਆਈਡੀ ਸ਼ੁਕਲਾ ਨੇ ਕਿਹਾ ਕਿ ਦਿੱਲੀ ਪੁਲਿਸ ਨੇ ਇਸ ਫੈਸਲੇ ਤੋਂ ਪਹਿਲਾਂ ਹੀ ਅਰਧ ਸੈਨਿਕ ਬਲਾਂ ਦੀ ਸਹਾਇਤਾ ਨਾਲ ਸੁਰੱਖਿਆ ਦੇ ਉਚਿਤ ਪ੍ਰਬੰਧ ਕੀਤੇ ਹਨ ਅਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਸੁਰੱਖਿਆ ਕਾ ਜਹਾਂ ਤੱਕ ਸਵਾਲ ਹੈ, ਦਿੱਲੀ ਪੁਲਿਸ ਨੇ ਪੂਰੇ ਭਰਪੂਰ ਸੁਰੱਖਿਆ ਇੰਤਜ਼ਾਮ ਕੀਏ ਹੈ ਇਸ ਜਜਮੈਂਟ ਕੋ ਲੈ ਕਰਕੇ, ਔਰ ਇਹ ਸੁਰੱਖਿਆ ਕਾ ਇੰਤਜ਼ਾਮ ਜੋ ਆਪਕੋ ਮੌਕੇ ਪਰ ਦਿਖ ਰਹਾ ਹੈ ਇਸਸੇ ਜ਼ਿਆਦਾ ਸੇ ਜ਼ਿਆਦਾ ਹੈ ਔਰ ਹਮ ਬੜਾਏਂਗੇ। ਇਸਮੇ ਹਮ ਪੈਰਾਮਿਲਿਟਰੀ ਫੋਰਸਿਸ ਕੀ ਮਦਦ ਵੀ ਲੀਏ ਹੈ, ਦਿੱਲੀ ਪੁਲਿਸ ਕੀ ਪਲੇਨ ਕਲੋਥ ਸਿਕਿਉਰਿਟੀ ਲਗੀ ਹੋਈ ਹੈ ਔਰ ਦਿੱਲੀ ਪੁਲਿਸ ਕੀ ਯੂਨੀਫਾਰਮ ਪੁਲਿਸ ਲਗੀ ਹੋਈ ਹੈ, ਬਾਕੀ ਇੰਟੈਲੀਜੈਂਸ ਕਾ ਸਪੋਰਟ ਹੈ। ਸਰ ਕਿਸੇ ਵੀ ਤਰ੍ਹਾਂ ਕੇ ਅਨਹੋਨੀ ਕੇ ਲਈ ਕਤਈ ਨਹੀਂ, ਸਵਾਲ ਹੀ ਨਹੀਂ ਪੈਦਾ ਹੋਤਾ ਹੈ ਔਰ ਉਸਕੇ ਲੀਏ ਪੂਰੀ ਕੀ ਪੂਰੀ ਫੋਰਸ ਰਾਤ ਦਿਨ ਯਹਾਂ ਲਗੀ ਹੀ ਹੈ। ਚਾਹੇ ਵੋ ਉਸ ਨਿਆਇਲੇ ਪਰਿਸ਼ਦ ਹੋ, ਸੁਪਰੀਮ ਕੋਰਟ ਕਾ ਚਾਹੇ ਹਾਈ ਕੋਰਟ ਕਾ ਹੋ, ਚਾਹੇ ਕਿਸੀ VIP ਜਾਂ VVIP ਕੀ ਸਿਕਿਉਰਿਟੀ ਹੋ, ਉਸਮੇ ਕੋਈ ਪਰ ਨਹੀਂ ਮਾਰ ਸਕਤਾ ਹੈ ਔਰ ਜਿਤਨਾ ਵੀ ਹਮਸੇ ਸੰਭਵ ਹੈ ਔਰ ਮੈਕਸਿਮਮ ਜੋ ਕੁਛ ਹੈ ਉਹ ਸਭ ਅਰੇਂਜਮੈਂਟ ਕੀਏ ਗਏ ਹੈ ਯਹਾਂ ਪਰ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਸਿੱਖ ਧਰਮ ਦੇ ਬਾਨੀ ਮਹਾਨ ਦਾਰਸ਼ਨਿਕ ਕੁੱਲ ਦੁਨੀਆ ਦੇ ਰਾਹ ਦਸੀਰੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਦੀਆਂ ਸੰਸਾਰ ਭਰ ਦੇ ਕੋਨੇ ਕੋਨੇ ਵਿੱਚ ਵਸਦੀਆਂ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ। ਆਓ ਗੁਰੂ ਸਾਹਿਬ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲਾ ਕਰੀਏ, ਕੁਦਰਤ ਬਚਾਈਏ ਅਤੇ ਮਨੁੱਖਤਾ ਦੇ ਹਾਨੀ ਬਣੀਏ। ਇਸ ਮਹਾਨ ਅਵਸਰ ਤੇ ਅਜੀਤ ਵੈਬ TV ਦੀ ਟੀਮ ਆਪਣੇ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਤੇ ਹੋਣ ਵਾਲੇ ਸਮਾਗਮਾਂ ਦੀ ਲਗਾਤਾਰ ਪੇਸ਼ਕਾਰੀ ਦਿਖਾ ਕੇ ਰੂਹਾਨੀਅਤ ਦੇ ਰੰਗ ਨਾਲ ਜੋੜੇਗੀ। ਸੋ ਲਗਾਤਾਰ ਵੇਖਦੇ ਰਹੋ ਅਜੀਤ ਵੈਬ TV।